ਸਰ ਅੱਜ ਦਾ ਕੀ ਮੇਨ ਪਰਪਸ ਸੀਗਾ ਚੈਕਿੰਗ ਦਾ ਕਿੱਥੇ ਕਿੱਥੇ ਤੁਸੀਂ ਗਏ ਹੋ ਕੀ ਚੀਜ਼ ਨੂੰ ਲੈ ਕੇ ਜਿਹੜੀ ਉਹ ਚੈਕਿੰਗ ਸਰ ਦੇਖੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੋ ਕਿ ਹੋਮ ਮਿਨਿਸਟਰ ਵੀ ਨੇ ਉਹਨਾਂ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਪੀਸ ਜਿਹੜੀ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਕਿਸੇ ਵੀ ਐਂਟੀ ਸੋਸ਼ਲ ਐਲੀਮੈਂਟ ਨੂੰ ਦਿੱਤੀ ਜਾਏਗੀ ਔਰ ਉਸੇ ਸੰਬੰਧ ਦੇ ਵਿੱਚ ਡੀ ਜੀ ਪੀ ਸਾਹਿਬ ਪੰਜਾਬ ਵੱਲੋਂ ਅੱਜ ਸੀਨੀਅਰ ਅਫਸਰਾਂ ਨੂੰ ਅਲੱਗ ਅਲੱਗ ਡਿਸਟ੍ਰਿਕਟਸ ਵੰਡੇ ਗਏ ਹੈ ਉਹਦੇ 'ਚ ਹਰੇਕ ਸੀਨੀਅਰ ਅਫਸਰ ਜਿਹੜਾ ਉਹ ਇੱਕ ਇੱਕ ਡਿਸਟ੍ਰਿਕਟ ਦੇ ਵਿੱਚ ਜਾ ਕੇ ਸਾਰੀ ਸਿਕਿਉਰਿਟੀ ਅਰੇਂਜਮੈਂਟਸ ਅਤੇ ਰਿਲੀਜੀਅਸ ਪਲੇਸਿਸ ਵਿਜ਼ਿਟ ਕਰ ਰਿਹਾ ਉਸੇ ਸਿਲਸਿਲੇ 'ਚ ਮੈਂ ਜਿਹੜਾ ਰੋਪੜ ਦੇ ਵਿੱਚ ਮੈਂ ਅਤੇ ਐੱਸ ਐੱਸ ਪੀ ਸਾਹਿਬ ਅਸੀਂ ਪਹਿਲਾਂ ਲਹਿਰੀ ਸ਼ਾਹ ਮੰਦਰ ਗਏ ਉਹਨਾਂ ਦੀ ਸਿਕਿਉਰਿਟੀ ਸਾਰੀ ਚੈੱਕ ਕੀਤੀ ਉਹਨਾਂ ਦੇ ਪੁਜਾਰੀਆਂ ਨਾਲ ਗੱਲਬਾਤ ਕੀਤੀ ਜੋ ਲੋਕ ਉੱਥੇ ਆਏ ਸੀ ਉੱਥੇ ਬੜਾ ਅੱਛਾ ਅਰੇਂਜਮੈਂਟ ਉਹਨਾਂ ਦਾ ਲਾਈਟਿੰਗ ਵਗੈਰਾ ਦਾ ਹੋਰ ਸਾਰੀਆਂ ਚੀਜ਼ਾਂ ਜੋ ਵੀ ਸਿਕਿਉਰਿਟੀ ਦੇ ਟਿਪਸ ਸੀਗੇ ਉਹਨਾਂ ਨਾਲ ਸ਼ੇਅਰ ਕੀਤੇ ਗਏ ਉਸ ਤੋਂ ਇਲਾਵਾ ਅਸੀਂ ਜਿਹੜਾ ਮਸਜਿਦ ਹੈ ਇੱਥੇ ਅਬੇਲਾ ਚੌਂਕ ਦੇ ਨਾਲ ਉੱਥੇ ਵੀ ਜਾ ਕੇ ਆਏ ਹਾਂ ਉਹਨਾਂ ਦੇ ਮੌਲਵੀ ਸਾਹਿਬ ਨੂੰ ਵੀ ਮਿਲੇ ਅਤੇ ਸਾਰੇ ਉੱਥੇ ਬੱਚੇ ਵੀ ਆਏ ਹੋਏ ਸੀ ਕਈ ਉਹਨਾਂ ਨੂੰ ਵੀ ਸਾਰਾ ਸਿਕਿਉਰਿਟੀ ਬਾਰੇ ਅਸੀਂ ਆਗਾਹ ਕੀਤਾ ਇਸ ਤੋਂ ਇਲਾਵਾ ਚਰਚ ਜਿਹੜਾ ਆਪਣਾ ਕਾਲਜ ਰੋਡ ਦੇ ਉੱਤੇ ਹੈ ਉੱਥੇ ਵੀ ਜਾ ਕੇ ਆਏ ਹਾਂ ਔਰ ਉਹਨਾਂ ਨੂੰ ਵੀ ਸਾਰਾ ਆਗਾਹ ਕੀਤਾ ਸਾਰੇ ਬੜੇ ਸੈਟਿਸਫਾਈਡ ਸੀ ਔਰ ਸਭ ਨੂੰ ਅਸੀਂ ਅਪੀਲ ਕੀਤੀ ਹੈ ਕਿ ਜਿਹੜੀ ਕਮਿਊਨਲ ਹਾਰਮਨੀ ਹੈ ਸਦਭਾਵਨਾ ਹੈ ਸਾਡੇ ਸਮਾਜ ਦੀ ਔਰ ਕਮਿਊਨਿਟੀਜ਼ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਹਿਸਟਰੀ ਹੈ ਆਪਣੀ ਕਿ ਸਾਰੇ ਮਤਲਬ ਜਿਹੜੇ ਧਰਮ ਨੇ ਔਰ ਸਾਰੇ ਜਿਹੜੇ ਫੇਥ ਨੂੰ ਮੰਨਣ ਵਾਲੇ ਬੰਦੇ ਨੇ ਸਾਰੇ ਇਕੱਠੇ ਰਹੇ ਔਰ ਹਮੇਸ਼ਾ ਹੀ ਬੜਾ ਅੱਛਾ ਐਗਜ਼ੈਂਪਲ ਇਹਦਾ ਰਿਹਾ ਹਰਿਮੰਦਰ ਸਾਹਿਬ ਦੇ ਵਿੱਚ ਚਾਰ ਦਰਵਾਜ਼ੇ ਜਦੋਂ ਰੱਖੇ ਗਏ ਉਹਦਾ ਵੀ ਸਭ ਨੂੰ ਪਤਾ ਕਿ ਇਹੀ ਮਹੱਤਵ ਸੀ ਕਿ ਸਭ ਨੂੰ ਇੱਕੋ ਜਿਹਾ ਜਿਹੜਾ ਸਮਝਿਆ ਜਾਵੇ ਔਰ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ ਤਾਂ ਕੁਛ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹ ਕੁਛ ਕਰਦੇ ਹੁੰਦੇ ਆ ਸ਼ਰਾਰਤ ਕਰਨ ਦੀ ਕਈ ਤਰ੍ਹਾਂ ਦੀਆਂ ਤਾਕਤਾਂ ਹੁੰਦੀਆਂ ਬਟ ਅਸੀਂ ਸਾਰੇ ਪੂਰੀ ਤਰ੍ਹਾਂ ਸਤਰਕ ਆ ਔਰ ਸਪੈਸ਼ਲੀ ਐੱਸ ਐੱਸ ਪੀ ਸਾਹਿਬ ਡਾਕਟਰ ਸੰਦੀਪ ਗਰਗ ਜੀ ਔਰ ਇਹਨਾਂ ਦੀ ਟੀਮ ਬੜਾ ਪ੍ਰੋਐਕਟਿਵਲੀ ਸਾਰਾ ਕੰਮ ਕਰ ਰਹੇ ਔਰ ਸਾਰੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਇਨਸ਼ੋਰ ਕਰਨਾ ਕਿ ਕੋਈ ਵੀ ਸ਼ਾਂਤੀ ਭੰਗ ਜਾਂ ਅਮਨ ਭੰਗ ਕਰਨ ਦੀ ਕੋਸ਼ਿਸ਼ ਕਰ ਜਿਹੜੇ ਬੰਦੇ ਨੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ